ਦੇਖੋ ਤੁਸੀਂ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨ, ਸੁੱਖ ਸੁਨੇਹ ਔਰ ਭੈ ਨਹੀਂ ਜਾਕ, ਕੰਚਨ ਮਾਟੀ ਮਨ ਨਹਿ ਨਿੰਦਿਆ ਨਹਿ ਉਸਤਤ ਜਾਕ। ਐਸੀ ਅਵਸਥਾ ਦੇ ਮਾਲਕ ਕੌਣ ਨੇ? ਧੰਨ ਗੁਰੂ ਤੇਗ ਬਹਾਦਰ ਸਾਹਿਬ, ਪੂਰਨ ਫਕੀਰ, ਕਾਮਲ ਫਕੀਰ, ਜਿਹੜੇ ਸਦਾ ਇਹੀ ਪੜ੍ਹਦੇ ਰਹੇ ਜਗ ਰਚਨਾ ਸਭ ਝੂਠ ਹੈ। ਹੁਣ ਕਹਿਣੀਆਂ ਤੇ ਗੱਲਾਂ ਸੌਖੀਆਂ, ਇਹ ਕਹਿਣੀ ਕਿੱਡੀ ਗੱਲ ਸੌਖੀ, ਆਪਾਂ ਕਹਿ ਦਿੰਦੇ, ਆਪਾਂ ਸਾਰੇ ਪਿੰਡਾਂ 'ਚ ਰਹਿੰਦੇ, ਆਪਾਂ ਕਹਿੰਦੇ ਜੀ ਮਰਨਾ ਸੱਚ, ਕਹਿੰਦੇ ਕਿ ਨਹੀਂ ਕਹਿੰਦੇ? ਤੇ ਮੌਤ ਚੇਤੇ ਹੁੰਦੀ ਨਹੀਂ ਸਾਨੂੰ, ਸਿਰਫ ਜ਼ੁਬਾਨ 'ਤੇ ਹੁੰਦੀ। ਜਿਹਨੂੰ ਪਤਾ ਲੱਗ ਗਿਆ ਨਾ ਮਰਨਾ ਸੱਚ, ਮੈਂ ਤੁਹਾਨੂੰ ਸੱਚੀ ਗੱਲ ਕਹਿੰਦਾ, ਜ਼ਿੰਦਗੀ 'ਚ ਮਾੜਾ ਕੰਮ ਨਹੀਂ ਕਰੂਗਾ। ਇਹ ਤਾਂ ਐਵੇਂ ਪੰਚਾਇਤਾਂ 'ਚ ਬਹਿ ਕੇ ਕਹਿ ਦਈਦਾ ਮਰਨਾ ਸੱਚ, ਸਾਡੇ ਘਰ ਕੋਈ ਮੰਤਰੀ ਅਫਸੋਸ ਕਰਨ ਆਉਂਦਾ, ਸਪੀਕਰ ਫੜ ਕੇ ਉਹ ਪਿੱਛੇ ਵੀ ਚਾਰ ਘਰਾਂ 'ਚ ਬੋਲ ਕੇ ਆਇਆ ਹੁੰਦਾ, ਆਪਣੇ ਘਰ ਵੀ ਉਹਨੇ ਆਉਂਦਿਆਂ ਫੜ ਕੇ ਸਪੀਕਰ ਕਹਿਣਾ ਮਰਨਾ ਸੱਚ, ਅਤੇ ਜੇ ਮੇਰੇ ਵਰਗਾ ਕਮਲਾ ਪੁੱਛ ਲਏ ਮਰਨਾ ਸੱਚ, ਅਤੇ ਤੂੰ MLA ਖਲੋ ਕੇ ਕੀ ਕਰਨਾ ਫਿਰ? ਹੈ ਕੋਈ ਜਵਾਬ? ਮੈਂ ਜ਼ੁਬਾਨ 'ਤੇ ਹੀ ਆ ਨਾ। ਇਸ ਕਰਕੇ ਜਿੰਨਾ ਚਿਰ ਅੰਦਰ ਨਹੀਂ ਨਾ ਉਤਰਦੇ ਉਹਨਾਂ ਚਿਰ ਉਹ ਗੱਲ ਨਹੀਂ ਬਣਦੀ। ਇਸ ਕਰਕੇ ਸਾਧ ਸੰਗਤ ਜੀ, ਜਿੰਨਾ ਮਰਨਾ ਸੱਚ ਮੰਨ ਲਿਆ ਉਹ ਫਿਰ ਵਾਹਿਗੁਰੂ ਦੀ ਬੰਦਗੀ ਕਰਦੇ, ਉਹ ਫਿਰ ਨਿਤਨੇਮ 'ਚ ਨਾਗਾ ਨਹੀਂ ਪੈਂਦਾ, ਉਹ ਕਦੀ ਕ੍ਰਹਿਤ ਨਹੀਂ ਕਰਨਗੇ, ਇੱਥੋਂ ਤੱਕ ਕਿਸੇ ਦਾ ਨੁਕਸਾਨ ਨਹੀਂ ਕਰਨਗੇ, ਆਪਦਾ ਭਾਵੇਂ ਹੁੰਦਾ ਹੋ ਜਾਵੇ। ਐਸੇ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਹਰ ਤੁਕ ਵਿੱਚ ਇੱਕ ਹੀ ਗੱਲ ਕਹੀ ਆ, ਮਰਨਾ ਸੱਚ ਆ ਅਤੇ ਨਾਮ ਜਪ ਲਾ, ਮਰਨਾ ਸੱਚ ਹੈ। ਉਹਨਾਂ ਦੀ ਹਰ ਇੱਕ ਤੁਕ ਤੁਸੀਂ ਪੜ੍ਹ ਲਓ ਜਿੰਨੀ ਗੁਰੂ ਗ੍ਰੰਥ ਸਾਹਿਬ 'ਚ ਉਹਨਾਂ ਦੀ ਬਾਣੀ। ਅਤੇ ਆਪਾਂ ਕਹਿੰਦੇ ਨਹੀਂ ਆ ਭੋਗ ਦੇ ਸਲੋਕ, ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਭੋਗ ਪੈਂਦਾ ਵਾ ਨਾ ਉੱਥੇ ਜ਼ਿੰਦਗੀ ਦਾ ਵੀ ਭੋਗ ਪੈਂਦਾ ਸੱਜਣਾ, ਉੱਥੇ ਹੀ ਉਹ ਸਲੋਕ ਪੜ੍ਹੇ ਜਾਂਦੇ। ਇਸ ਕਰਕੇ ਮਰਨਾ ਕੀ ਆ? ਸੱਚ। ਤਾਂ ਸਾਰੀ ਉਮਰ ਪੜ੍ਹਦੇ ਰਹੇ ਜਗ ਰਚਨਾ ਸਭ ਝੂਠ ਹੈ, ਜਾਨ ਲਿਹੋ ਰੇ ਮੀਤ, ਇੱਦਾਂ ਪੜ੍ਹਦੇ ਰਹੇ ਆਪਣੇ। ਅਤੇ ਐਸੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਪਹਿਲੀ ਗੱਲ ਕਹਿੰਦੀ ਹੈ ਕਿ ਸਿੱਖਾਂ ਜ਼ੁਲਮ ਅਤੇ ਜ਼ਾਬਰ ਦੇ ਨਾਲ ਸਮਝੌਤਾ ਨਾ ਕਰੀ, ਇਹ ਗੱਲ ਮਹਾਰਾਜ ਦੀ ਸ਼ਹੀਦੀ ਕਹਿੰਦੀ। ਦੂਸਰੀ ਗੱਲ ਸਤਿਗੁਰੂ ਦੀ ਸ਼ਹੀਦੀ ਕਹਿੰਦੀ ਹੈ ਕਿ ਜੇ ਤੇਰੇ ਦਰ 'ਤੇ ਕੋਈ ਮਜ਼ਲੂਮ ਆਵੇ, ਕੋਈ ਲੋੜਵੰਦ ਆਵੇ, ਭਾਵੇਂ ਉਹ ਹਿੰਦੂ ਹੋਵੇ, ਭਾਵੇਂ ਮੁਸਲਮਾਨ ਹੋਵੇ, ਭਾਵੇਂ ਕਿਸੇ ਵੀ ਫਿਰਕੇ ਦਾ ਹੋਵੇ, ਅਤੇ ਆਪਣਾ ਸਰੀਰ ਵੀ ਵਾਰ ਨਾ ਪਵੇ, ਉਹਦੀ ਸਹਾਇਤਾ ਕਰੀ। ਬੜੀ ਔਖੀ ਗੱਲ ਹੈ। ਚਾਦਰਾਂ ਸੁਣੀਆਂ ਸੀ ਤੁਸੀਂ ਵੀ ਲਈਆਂ, ਲੋਈਆਂ ਚਾਦਰਾਂ ਸੁਣੀਆਂ ਸੀ, ਚਾਦਰਾਂ ਲੋਈਆਂ ਤੁਸੀਂ ਲਈਆਂ, ਪਰ ਅੱਜ ਤੱਕ ਹੈ ਕੋਈ ਜਿਹਨੇ ਆਪਣੇ ਸਰੀਰ ਦੀ ਚਾਦਰ ਬਣਾ ਕੇ ਹਿੰਦੁਸਤਾਨ ਨੂੰ ਢੱਕ ਦਿੱਤਾ? ਕੱਪੜੇ ਦੀਆਂ ਤੇ ਚੁੱਕੀ ਫਿਰਦੇ, ਸਰੀਰ ਦੀ ਚਾਦਰ ਬਣ ਕੇ ਵਿਖਾ। ਅੱਜ ਤੱਕ ਹੈ ਜਿਹਨੇ ਆਪਣੇ ਲਹੂ ਦੇ ਨਾਲ ਤਿਲਕ ਬਚਾਇਆ ਹੋ? ਅੱਜ ਤੱਕ ਹੈ ਕੋਈ ਜਿਹਨੇ ਆਪਣੀਆਂ ਆਂਦਰਾਂ ਦਾ ਕੱਢ ਕੇ ਜੰਜੂ ਪਾਇਆ ਹੋ? ਐਸੇ ਕੌਣ ਨੇ? ਧੰਨ ਗੁਰੂ ਤੇਗ ਬਹਾਦਰ ਸਾਹਿਬ।